ਕਦੀ ਤੁਸੀਂ ਨੋਟ ਕੀਤਾ ਕਿ ਪੰਜਾਬ ਦੇ ਲੋਕਾਂ ਦੇ ਰੰਗ ਅਤੇ ਨੈਣ ਨਕਸ਼ ਦੇ ਵਿੱਚ ਵਾਜ਼ਿਆ ਫਰਕ ਮੌਜੂਦ ਹੈ? ਰੂਲਿੰਗ ਅਲੀਟ ਯਾਨੀ ਕਿ ਜਿਨ੍ਹਾਂ ਨੂੰ ਉੱਚੀਆਂ ਬਰਾਦਰੀਆਂ ਜਾਂ ਉੱਚੀਆਂ ਜ਼ਾਤਾਂ ਸਮਝਿਆ ਜਾਂਦਾ ਹੈ, ਜਿਨ੍ਹਾਂ ਵਿੱਚ ਜੱਟ, ਰਾਜਪੂਤ, ਡੋਗਰ, ਗੁੱਜਰ, ਅਰਾਈਂ ਜਾਂ ਹੋਰ ਇਹੋ ਜਿਹੇ ਕਬੀਲੇ ਸ਼ਾਮਿਲ ਨੇ, ਉਹਨਾਂ ਦਾ ਰੰਗ ਵੀਟਿਸ਼ ਯਾਨੀ ਕਿ ਗੰਦਮੀ ਹੁੰਦਾ ਹੈ ਔਰ ਉਹਨਾਂ ਦੇ ਨੈਣ ਨਕਸ਼ ਤਿੱਖੇ ਹੁੰਦੇ ਨੇ। ਇਵੇਂ ਹੀ ਦੂਜੀਆਂ ਜ਼ਾਤਾਂ ਜਿਨ੍ਹਾਂ ਵਿੱਚ ਮਰਾਸੀ, ਮਸੱਲੀ, ਚੂੜੇ, ਅਖੀਰੀ ਜਾਂ ਚਮਾਰ ਸ਼ਾਮਿਲ ਨੇ, ਉਹਨਾਂ ਦਾ ਰੰਗ ਡਾਰਕ ਬਰਾਊਨ ਜਾਂ ਸਾਊਥ ਇੰਡੀਅਨ ਵਰਗਾ ਹੁੰਦਾ ਹੈ ਔਰ ਉਹਨਾਂ ਦੇ ਨੈਣ ਨਕਸ਼ ਮੋਟੇ ਹੁੰਦੇ ਨੇ। ਇਹਨਾਂ ਰੰਗਾਂ ਦੇ ਵਿੱਚ ਇੰਨਾ ਵਾਜ਼ਿਆ ਫਰਕ ਕਿਉਂ ਹੈ? ਹਾਲਾਂਕਿ ਦੋਨੋਂ ਲੋਕ, ਦੋਨੋਂ ਜਾਤਾਂ ਇਸ ਹੀ ਆਬੋ ਹਵਾ 'ਚ, ਇਸੇ ਹੀ ਮਾਹੌਲ 'ਚ ਇੱਕੋ ਵਰਗੇ ਥਾਂ ਦੇ ਉੱਤੇ ਰਹਿੰਦੀਆਂ ਨੇ, ਇਹਨਾਂ ਦੇ ਰੰਗ ਅਤੇ ਇਹਨਾਂ ਦੇ ਨੈਣ ਨਕਸ਼ ਇੱਕੋ ਵਰਗੇ ਹੋਣੇ ਚਾਹੀਦੇ ਸਨ। ਇਹਨਾਂ ਗੱਲਾਂ ਪਿੱਛੇ ਬੜੀ ਹੀ ਦਿਲਚਸਪ ਤਾਰੀਖੀ ਮਾਲੂਮਾਤ ਲੁਕੀ ਹੈ। ਜੇ ਤੁਸੀਂ ਇਹਨਾਂ ਗੱਲਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਪੂਰਾ ਵੇਖਿਓ। ਮੈਂ ਹਾਂ ਤੁਹਾਡਾ ਹੋਸਟ ਨੁਮਾਨ ਵੜੈਚ ਅਤੇ ਆਪਾਂ ਚੱਲਦੇ ਹਾਂ ਇਸ ਦਿਲਚਸਪ ਵੀਡੀਓ ਦੀ ਤਰਫ। ਇਸ ਰੰਗ ਦੇ ਫਰਕ ਨੂੰ ਸਮਝਣ ਵਾਸਤੇ ਆਪਾਂ ਨੂੰ ਕੁਛ ਤਾਰੀਖ ਦੀਆਂ ਸ਼ੈਵਾਂ ਨੂੰ ਸਮਝਣਾ ਪਏਗਾ। ਸਭ ਤੋਂ ਪਹਿਲੀ ਚੀਜ਼ ਕਿ ਪੰਜਾਬ ਦੇ ਵਿੱਚ ਹੜੱਪਾ ਸਿਵਿਲਾਈਜੇਸ਼ਨ ਜਿਹੜੀ 5000 BC ਸਾਲ ਪੁਰਾਣੀ ਹੈ ਉਹ ਮੌਜੂਦ ਹੈ। ਇਸ ਸਿਵਿਲਾਈਜੇਸ਼ਨ ਦੇ ਪੰਜਾਬ ਦੀ ਤਹਿਜ਼ੀਬ ਅਤੇ ਕਲਚਰ ਦੇ ਉੱਤੇ ਬੜੇ ਗਹਿਰੇ ਅਸਰਾਤ ਨੇ। ਲੇਟੈਸਟ ਜੈਨੈਟਿਕ ਰਿਸਰਚ ਦੇ ਮੁਤਾਬਿਕ 65,000 ਸਾਲ ਪਹਿਲਾਂ ਅਫਰੀਕਾ ਤੋਂ ਸਾਊਥ ਏਸ਼ੀਆ ਲਈ ਇੱਕ ਮਾਸ ਮਾਈਗ੍ਰੇਸ਼ਨ ਹੋਈ ਸੀ। ਵਾਵਾ ਲੋਕ ਉਧਰੋਂ ਇੱਧਰ ਆਏ ਸਨ, ਉਹਨਾਂ ਹੀ ਲੋਕਾਂ ਨੂੰ ਹੜੱਪਾ ਦੇ ਲੋਕਲ ਮੰਨਿਆ ਜਾਂਦਾ ਹੈ। 70-90% ਜਨਾਨੀਆਂ ਜਿਹੜੀਆਂ ਕਿ ਪੰਜਾਬ 'ਚ ਰਹਿੰਦੀਆਂ ਨੇ ਉਹਨਾਂ ਦਾ DNA ਜਿਹੜੇ ਅਫਰੀਕਾ ਤੋਂ ਲੋਕ ਆਏ ਸਨ ਉਹਨਾਂ ਨਾਲ ਰਲਦਾ ਹੈ। ਅਗਰ ਕੋਈ ਜੈਨੈਟਿਕਸ ਦਾ ਸਟੂਡੈਂਟ ਹੈ ਤਾਂ ਉਹ ਇਸ ਗੱਲ ਨੂੰ ਅੱਛੇ ਤਰੀਕੇ ਨਾਲ ਸਮਝ ਸਕਦਾ ਹੈ ਕਿ ਮਾਂ ਵੱਲੋਂ ਆਉਣ ਵਾਲੇ ਜੀਨਸ ਜਿਹੜੇ ਨੇ ਉਹ ਇਨਸਾਨ ਦੇ ਵਿੱਚ ਜ਼ਿਆਦਾ ਪ੍ਰਜ਼ਰਵ ਰਹਿੰਦੇ ਨੇ, ਜਦੋਂ ਕਿ ਪਿਓ ਵੱਲੋਂ ਆਉਣ ਵਾਲੇ ਜੀਨਸ ਜਿਹੜੇ ਨੇ ਉਹ ਅਵੈਪੋਰੇਟ ਹੋ ਸਕਦੇ ਨੇ। ਇਸੇ ਕਰਕੇ ਬੰਦਿਆਂ ਦੇ ਵਿੱਚ ਸਿਰਫ 10-40% ਜੀਨਸ ਐਸੇ ਨੇ ਜਿਹੜੇ ਕਿ ਉਹਨਾਂ ਅਫਰੀਕਾ ਤੋਂ ਆਏ ਲੋਕਾਂ ਦੇ ਨਾਲ ਰਲਦੇ ਨੇ। ਇਹਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ 60% ਬੰਦੇ ਇੱਥੇ ਬਾਅਦ 'ਚੋਂ ਆਏ ਨੇ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਵਾਈ ਕ੍ਰੋਮੋਸੋਮ ਪਿਓ ਵੱਲੋਂ ਮੁੰਡੇ ਨੂੰ ਆਉਂਦਾ ਹੈ ਅਤੇ MT DNA ਮਾਂ ਵੱਲੋਂ ਕੁੜੀ ਨੂੰ ਆਉਂਦਾ ਹੈ, ਅਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਥੇ ਦੀਆਂ ਜਿਹੜੀਆਂ ਜਨਾਨੀਆਂ ਨੇ ਉਹ ਲੋਕਲ ਨੇ ਅਤੇ ਬੰਦੇ ਬਾਅਦ 'ਚੋਂ ਹਮਲਾਵਰਾਂ ਦੇ ਤੌਰ 'ਤੇ ਇੱਥੇ ਆਏ। ਪੰਜਾਬ ਸਮੇਤ ਸਭ ਕੋਂਟੀਨੈਂਟ ਯਾਨੀ ਨੌਰਥ ਇੰਡੀਆ ਦੇ ਵਿੱਚ ਪਾਏ ਜਾਣ ਵਾਲੇ ਲੋਕਾਂ ਨੂੰ ਆਰੀਅਨ ਦੇ ਡਿਸੈਂਡੈਂਟਸ ਯਾਨੀ ਉਹਨਾਂ ਦੀਆਂ ਔਲਾਦਾਂ ਕਿਹਾ ਜਾਂਦਾ ਹੈ। ਤਾਰੀਖ 'ਚ ਲਿਖਿਆ ਹੈ ਕਿ ਆਰੀਅਨ ਸੈਂਟਰਲ ਏਸ਼ੀਆ ਤੋਂ ਮੇਲ ਗਰੁੱਪ ਦੇ ਤੌਰ 'ਤੇ ਹਮਲਾਵਰ ਯਾਨੀ ਇੱਥੇ ਹਮਲਾ ਕਰਨ ਆਏ ਸਨ ਔਰ ਉਹਨਾਂ ਨੇ ਆ ਕੇ ਇੱਥੇ ਦੇ ਲੋਕਲ ਲੋਕ ਉਹਨਾਂ ਨੂੰ ਆਪਣਾ ਗੁਲਾਮ ਬਣਾ ਲਿਆ। ਮਜ਼ੀਦ ਇਹ ਕਿਹਾ ਜਾਂਦਾ ਹੈ ਕਿ ਮੁਕਾਮੀ ਲੋਕਾਂ ਨੇ ਉਹਨਾਂ ਤੋਂ ਬਚਣ ਵਾਸਤੇ ਕਈ ਲੋਕ ਜੰਗਲ ਬੇੜਿਆਂ ਵੱਲ ਤੁਰ ਪਏ ਔਰ ਕਈ ਲੋਕਾਂ ਨੇ ਜਿਹੜੇ ਔਖੇ ਕੰਮ ਸਨ ਜਿਹਦੇ ਵਿੱਚ ਸਿੰਗਿੰਗ, ਆਰਟ ਦਾ ਕੰਮ, ਪੋਲਟਰੀ ਜਾਂ ਐਵੇਂ ਦੀਆਂ ਚੀਜ਼ਾਂ ਉਹ ਸਿੱਖ ਲਈਆਂ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਤਾਰੀਖ ਦੇ ਮੁਤਾਬਕ ਜਦੋਂ ਆਰੀਅਨਸ ਪੰਜਾਬ ਦੇ ਵਿੱਚ ਆਏ ਸਨ ਉਦੋਂ ਇੱਥੇ ਕਿਸੇ ਕਿਸਮ ਦਾ ਕੋਈ ਕਾਸਟ ਸਿਸਟਮ ਜਾਂ ਕੋਈ ਡਿਵੀਜ਼ਨ ਸੋਸ਼ਲ ਕਿਸਮ ਦੀ ਮੌਜੂਦ ਐਡੀ ਵਾਜ਼ਿਆ ਤੌਰ 'ਤੇ ਨਹੀਂ ਸੀ। ਆਰੀਅਨਸ ਨੂੰ ਘੋੜਿਆਂ ਦਾ ਕੰਮ ਆਉਂਦਾ ਸੀ ਔਰ ਉਹ ਚੰਗੇ ਕਾਸ਼ਤਕਾਰ ਵੀ ਯਾਨੀ ਕਿਸਾਨ ਵੀ ਸਨ ਔਰ ਉਦੋਂ ਲੋਹਾ ਵੀ ਆਜ਼ਾਦ ਹੋ ਗਿਆ ਸੀ ਅਤੇ ਕਿਸਾਨੀ ਕਰਨੀ ਵਾਵਾ ਸੌਖੀ ਹੋ ਗਈ ਸੀ। ਇੱਥੇ ਮਜ਼ੀਦ ਕੁਝ ਇੰਟਰਸਟਿੰਗ ਫੈਕਟ ਦੱਸਣਾ ਜ਼ਰੂਰੀ ਹੈ। 17% ਮੇਲਸ ਦੇ ਵਿੱਚ ਯੂਰਪੀਅਨ DNA ਬਹੁਤ ਕਾਮਨ ਹੈ ਔਰ ਯੂਰਪੀਅਨ DNA ਉੱਚੀਆਂ ਜਾਤਾਂ ਦੇ ਵਿੱਚ ਜ਼ਿਆਦਾ ਕਾਮਨ ਹੈ। ਜਿਵੇਂ ਕਿ ਇੱਕ ਫੈਕਟ ਦੇ ਮੁਤਾਬਿਕ ਬ੍ਰਾਹਮਣ ਦੇ ਵਿੱਚ ਇਹ ਜੀਨਸ ਡਬਲ ਪਾਇਆ ਗਿਆ ਬਾਕੀ ਸਾਰੀਆਂ ਜਾਤਾਂ ਦੇ ਵਿੱਚੋਂ। ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਅਪਰ ਕਲਾਸ ਦਾ ਤਾਲੁਕ ਆਰੀਅਨਸ ਤੋਂ ਹੈ ਜਿਹੜੇ ਬਾਅਦ 'ਚੋਂ ਆਏ ਸਨ, ਅਤੇ ਸੋ ਕਾਲਡ ਲੋਅਰ ਕਲਾਸ ਦਾ ਤਾਲੁਕ ਹੜੱਪਾ ਸਿਵਿਲਾਈਜੇਸ਼ਨ ਦੇ ਡਿਸੈਂਡੈਂਟ ਯਾਨੀ ਹੜੱਪਾ ਵਾਲਿਆਂ ਲੋਕਾਂ ਦੇ ਨਾਲ ਰਲਦਾ ਹੈ। ਅਤੇ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਏਗਾ ਕਿ ਪੱਕੇ ਰੰਗ ਵਾਲੇ ਅਤੇ ਮੋਟੇ ਨੈਣ ਨਕਸ਼ ਵਾਲੇ ਲੋਕ ਇੱਥੇ ਦੇ ਅਸਲ ਲੋਕ ਔਰ ਇੱਥੇ ਦੇ ਅਸਲ ਇੰਡੀਜੀਨਸ ਪਾਪੂਲੇਸ਼ਨ ਯਾਨੀ ਮਕਾਮੀ ਪਾਪੂਲੇਸ਼ਨ ਹੈ। ਸਾਨੂੰ ਕਿਸੇ ਵੀ ਕਿਸਮ ਦੀ ਲੋਅਰ ਜਾਂ ਅਪਰ ਕਾਸਟ ਦੇ ਵਿੱਚ ਅੱਜ ਦੇ ਜ਼ਮਾਨੇ ਤਫਰੀਕ ਨਹੀਂ ਕਰਨੀ ਚਾਹੀਦੀ, ਲੇਕਿਨ ਇਹ ਜੈਨੈਟਿਕ ਸਟੱਡੀ ਦੇ ਮੁਤਾਬਿਕ ਜਿੰਨੇ ਵੀ ਫੈਕਟਸ ਹਨ ਮੈਂ ਤੁਹਾਡੇ ਸਾਹਮਣੇ ਰੱਖੇ, ਇਸ ਲਈ ਸਾਨੂੰ ਉਹਨਾਂ ਕਾਸਟਾਂ ਦੀ ਜ਼ਿਆਦਾ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਇਹ ਇਲਾਕਾ ਉਹਨਾਂ ਦਾ ਸੀ। ਜਿਵੇਂ ਪੰਜਾਬ ਦੇ ਸ਼ਹਿਰ ਹੜੱਪਾ ਅਤੇ ਸਾਈਵਾਲ ਅਤੇ ਉਕਾੜਾ ਦੇ ਵਿੱਚ ਜਾਂਗਲੀ ਲੋਕ ਕਿਹਾ ਜਾਂਦਾ ਹੈ, ਜਿਹੜੀ ਬੇਸਿਕਲੀ ਜੱਟ ਕੀ ਜ਼ਬਾਨ ਬੋਲਦੇ ਨੇ, ਉਹ ਇੱਥੇ ਦੇ ਲੋਕਲ ਲੋਕ ਮੰਨੇ ਜਾਂਦੇ ਨੇ।